ਬਾਦਲ ਸੈਟ ਡਾਊਨ ਸੂਲਾ ਸੂਤਾ ਦੇ ਕੁੜੀਆਂ ਜੀ ਕਿੰਮੜੋ ਕੰਗਣ ਤੋਂ ਪਹੁੰਚੇ ਕਰਨ ਤੋਂ ਪਹੁੰਚ ਕਿਸੇ ਕੋਲ ਪਹੁੰਚ ਸਕਦੇ ਨੇ ਜੀ ਅਸੀਂ ਮੰਗਲ ਮੰਡੀ ਜਾਣਾ ਹੈ ਜੀ ਜੀ ਉਹ ਦੱਸ ਦੇਣ ਦੇ ਦੱਸ ਦੇਣ ਦੇ ਤੇ ਅਗਰ ਕੋਈ ਮੇਰਾ ਭਰਾ ਉਕਾੜੇ ਸਾਈਡ ਤੋਂ ਆਉਣਾ ਚਾਹੇ ਫਿਰ ਫਾਲਤੂ ਸਾਰੀ ਗੱਲ ਫਾਲਤੂ ਤੋਂ ਕੇ ਉਜਰਾ ਸ਼ਾਮ ਕੀ ਜੀ ਜੀ ਵਸੇ ਪਤਾ ਕਿ ਮੰਡੀ ਆਮਨੇ ਬਾਅਦ ਜੀ ਜੀ ਮੰਡੀ ਆਮਨੇ ਬਾਅਦ ਰੋਡ ਤੇ ਆਮਨ ਕੇ ਤੋਤੇ ਰੋਡ ਤੇ ਮੰਡੀ ਹੋਵੇਗੀ 12 13 ਕਿਲੋਮੀਟਰ ਕੇ ਮੰਡੀ ਹੈ 13 ਕਿਲੋਮੀਟਰ ਤਕਰੀਬਨ 15 ਕਿਲੋਮੀਟਰ ਦਾ ਹੈਗਾ ਕੰਗੜਪੁਰ ਮੰਡੀ ਹੈ ਹਾਂ ਰੋਡ ਦਿੱਤਾ ਹੀ ਹੈ ਠੀਕ ਹੋ ਗਿਆ ਮਿਹਰਬਾਨੀ ਸ਼ੁਕਰੀਆ ਪੂਰੇ ਤਿੰਨ ਦੀ ਇਹ ਵੀ ਦੋਂਦੇ ਨੇ ਇੱਕ ਇੱਕ ਕਰ ਦੇਖੋ ਹਾਂ ਜੀ ਪੂਰੇ 5 ਇਹ ਪੂਰੇ 15 ਨੂੰ ਵੇਖ ਲੈ ਹੋਰ ਕੋ ਪਿਆਰ ਮੈਂ ਨਾ ਫੁੱਲ ਪਿਆਰ ਕਰ 270 135 ਦੇ ਬਾਅਦ ਜੀ ਅਸਲਾਮ ਅਲੈਕੁਮ ਬਿਜ਼ਨਸ ਵਿਦ ਬਲਾਲ ਹੈ ਚਿਕਨ ਵੀ ਬੜੇ ਕੇ ਸਾਥ ਹਾਜ਼ਰ ਹੂੰ ਪਹੁੰਚੇ ਹਾਂ ਕੰਗਣਪੁਰ ਮੰਡੀ ਦੇ ਅਤੇ ਕੰਗਣਪੁਰ ਮੰਡੀ ਦੇ ਰੇਟ ਚੈੱਕ ਕਰਵਾਉਣੇ ਹਾਂ ਡੇਟ ਜੀ 7 ਜੂਨ 2022 ਕੁਰਬਾਨੀ ਬਿਲਕੁਲ ਕਰੀਬ ਜੀ ਠੀਕ ਹੈ ਅੱਜ ਇਨਸ਼ਾਅੱਲਾ ਲਾਡ ਵਾਲੇ ਮਾਲ ਦਾ ਰੇਟ ਚੈੱਕ ਕਰਵਾਵਾਂਗੇ ਲਾਡ ਵਾਲੇ ਮਾਲ ਦਾ ਕੀ ਰੇਟ ਚੱਲ ਰਿਹਾ ਕੀ ਨਹੀਂ ਮੁਕੰਮਲ ਸ਼ੌਪ ਪੂਰੇ ਕਰਾਵਾਂਗੇ ਭਰਾਵਾਂ ਦੇ ਅਤੇ ਬਿਲਕੁਲ ਲੋ ਪ੍ਰਾਈਸ ਲੋ ਰੇਟ ਵਾਲੇ ਬਛੜੇ ਚੈੱਕ ਕਰਵਾਵਾਂਗੇ ਕੱਲ੍ਹ ਨੂੰ ਦੋ ਦਾ ਚੈੱਕ ਕਰਵਾਵਾਂਗੇ ਉਸ ਤੋਂ ਪਹਿਲੇ ਪਲੀਜ਼ ਸਾਡੇ ਵੀਡੀਓ ਨੂੰ ਮੁਕੰਮਲ ਵਾਚ ਕਰਨਾ ਸਕਿੱਪ ਨਹੀਂ ਕਰਨਾ ਤਾਂ ਕਿ ਥੋੜ੍ਹਾ ਵਿੱਚ ਫਾਇਦਾ ਹੋ ਸਕੇ ਵੀਡੀਓ ਕਿਹੜੀ ਗੱਲ ਹੁੰਦੀ ਕਿ ਥੋੜ੍ਹਾ ਜਿਹਾ ਫਾਇਦਾ ਹੋ ਸਕੇ ਤੁਹਾਨੂੰ ਮਾਲ ਚੰਗਾ ਚੰਗਾ ਵਿਖਾ ਸਕੀਏ ਠੀਕ ਹੈ ਆਈਏ ਵੀਡੀਓ ਦਾ ਆਗਾਜ਼ ਕਰਨਾ ਹੈ ਮੁਕੰਮਲ ਤੁਹਾਨੂੰ ਵੀਡੀਓ ਵਿੱਚ ਮਾਲੂਮਾਤ ਲੈ ਕੇ ਪ੍ਰੋਗਰਾਮ ਤੱਕ ਪਹੁੰਚਾਉਣੇ ਆਈਏ ਵੀਡੀਓ ਦਾ ਆਗਾਜ਼ ਕਰਨਾ ਹੈ ਵਾਲੇਕੁਮ ਸਲਾਮ ਹਾਂਜੀ ਜਨਾਬ ਦਾ ਕੀ ਨਾਮ ਹੈ ਅਕਬਰ ਅਲੀ ਭਾਈ ਉਹਨ ਕਿੱਥੇ ਖਲੇ ਇਸ ਟਾਈਮ ਆਪਾਂ ਅਕਬਰ ਮੰਡੀ ਅੱਛਾ ਮੇਰੇ ਭਰਾ ਕੋਲ ਅੱਜ ਕਿੰਨੇ ਬੱਚੇ ਨੇ ਇਹ ਕਹਿੰਦੇ 13 13 ਮਾਸ਼ਾਅੱਲਾ ਤੇ ਕਿਹੜੀ ਨਸਲ ਤੇ ਕਿੰਨੇ ਵਜ਼ਨ ਤੇ ਮੂੰਹ ਕੀ ਨੇ ਪਿਓਰ ਸਾਈਵਾਲ ਤਿੰਨ ਖੀਰੇ ਨੇ ਬਕਾ 10 ਦੁੰਦੇ ਨੇ ਤਿੰਨ ਖੀਰੇ ਨੇ 10 ਦੁੰਦੇ ਨੇ ਦੋਂਦੇ ਰਹਿੰਦੇ ਤਾਂ ਸ਼ੌਕੇ ਹੋ ਜਾਂਦੇ ਦੋਂਦੇ ਰਹਿੰਦੇ ਤੇ ਕਿੰਨੇ ਵਜ਼ਨ ਨੇ ਜਿਗੇ ਨੇ ਵਜ਼ਨ ਹੈਗਾ ਕੋ 5 ਮਾਰ ਕੇ 5.5 ਕੇ 4 ਕੇ 3.5 ਕੇ ਕੋ 3 ਜੀ ਇਸ ਤਰ੍ਹਾਂ ਦਾ ਅੱਛਾ ਕੱਲੇ ਕੱਲੇ ਦਾ ਕੋ ਮੁਤਲਿਫ ਰੇਟ ਜਾਂ ਲਾੜ ਸਾਹਿਬ ਕੀ ਮੰਗ ਰਹੇ ਥੋੜੇ ਦੱਸਣਾ ਹੈ ਰੇਟ ਮੁਤਲਿਫ ਬੱਚੇ ਵਾਲੇ ਅੱਛਾ ਇਧਰ ਆਖ ਨਾਲ ਇਹ ਜੋੜੀ ਦਾ ਕੀ ਮੰਗ ਰਿਹਾ ਇਹ ਜੋੜੀ ਦਾ 3.5 ਲੱਖ 3.5 ਲੱਖ ਨਾ ਯਾਰ ਅੱਜ ਫੀਮ ਸੋਨਾ ਰਲ ਗਿਆ ਅੱਛਾ ਤਾਂ ਪਹਿਲਾਂ ਦੇਖੋ ਅੱਛਾ ਜੀ ਅੱਛਾ ਕਿੰਨਾ ਵਜ਼ਨ ਹੈਗਾ ਇਹ ਜੋੜੀ ਦਾ ਹੁੰਦਾ ਹੈਗਾ ਜੀ 5.5 ਮੰਨ ਤੇ ਮੂੰਹ ਦੋਂਦੇ ਨੇ ਤੇ ਫਾਈਨਲ ਕਿੱਥੇ ਹੋ ਜਾਂਦੇ ਫਾਈਨਲ ਹੋ ਜਾਂਦੇ 3.20 3.20 ਦੇ ਫਾਈਨਲ ਨੇ ਵੇਖ ਲਿਆ ਦੇ ਕੋਈ ਹੋਰ ਪਿਆਰ ਫੁੱਲ ਪਿਆਰ ਮੈਂ ਇਧਰ ਆਓ ਨਾਲ ਦੇ ਲੈਬ ਦੋਸਤ ਚੈੱਕ ਕਰ 3.20 ਦੇ ਫਾਈਨਲ ਜੋੜੀ ਚੈੱਕ ਕਰੇ ਜੀ ਇਨਸ਼ਾਅੱਲਾ ਅੱਛਾ ਇਹ ਜੋੜੀ ਦਾ ਕੀ ਮੰਗ ਰਿਹਾ ਇਹਦਾ ਪੂਰਾ 3 ਪੂਰਾ 3 ਇੱਕ 50 ਦੇ ਪਾ ਕਿੰਨਾ ਵਜ਼ਨ ਦਾ ਮੂੰਹ ਕੀ ਨੇ ਵਜ਼ਨ ਹੈਗਾ ਇਹਨਾਂ ਦਾ 4.5 ਮਨ ਤੇ ਮੂੰਹ ਦੋਂਦੇ ਨੇ ਦੋਂਦੇ ਪੱਕੀ ਗੱਲ ਹੈ ਪੱਕੀ ਗੱਲ ਅੱਛਾ ਜੀ ਇਹ ਜੋੜੀ ਦਾ ਕੀ ਮੰਗ ਰਿਹਾ ਇਹ ਜੋੜੀ ਦਾ 3.10 ਤੇ ਫਾਈਨਲ ਕਿੱਥੇ ਹੋ ਜਾਏਗੀ ਜੋੜੀ ਪੂਰੇ 3 ਦੀ ਇਹ ਵੀ ਦੋਂਦੇ ਨੇ ਇੱਕ ਇੱਕ ਕਰਦੇ ਖੋਲਦੇ ਵਹਾ ਤੇ ਇਹ ਜੋੜੀ ਦਾ 3.5 ਦੇ 1.62 ਦੇ ਪਾ ਮੂੰਹ ਦੋਂਦੇ ਨੇ ਤੇ ਕਿੰਨੇ ਕਿੰਨੇ ਵਜ਼ਨ ਨੇ ਜਗੇ ਦੱਸੋ ਨਾ ਥੋੜੇ 5.5 ਮਨ ਠੀਕ ਹੋ ਗਿਆ ਤੇ ਇਹ ਨਾਲ 1.5 ਦਾ ਕਿੰਨੇ ਵਜ਼ਨ ਦਾ ਮੂੰਹ ਕੀ ਹੈ 4 ਮਨ ਦੋਂਦਾ ਦੋਂਦਾ ਤੇ ਆ ਲਾ 1.40 ਦਾ ਵੀ 1.40 ਇਹ ਫਾਈਨਲ ਕਿੱਥੇ ਹੋ ਜਾਏਗਾ ਕਿੰਨੇ ਵਜ਼ਨ ਦਾ ਮੂੰਹ ਕੀ ਹੈ 1.35 ਦਾ 1.35 ਫਾਈਨਲ ਹੈ ਮੂੰਹ ਦੋਂਦਾ ਹੀ ਹੈ ਦੋਂਦਾ ਤੇ ਇਹ ਖੀਰਾ ਪੱਕਾ ਖੀਰਾ ਹੈ ਦੋਂਦਾ ਹੋਏਗਾ ਕਿ ਨਹੀਂ ਵੇਖ ਲੈ ਵੀ ਯਾਰ ਇਨਸ਼ਾਅੱਲਾ ਹੋ ਜਾਏਗਾ ਤੇ ਕਿੰਨੇ ਵਜ਼ਨ ਦੇ ਫਾਈਨਲ ਕਿੱਥੇ ਹੋ ਜਾਏਗਾ 5 ਮਨ ਦੇ ਦੇ ਦਿਆਂ ਦੇ ਆਪਾਂ 160 160 ਦਾ ਫਾਈਨਲ ਨਾ ਯਾਰ ਖੀਰਾ ਹਲੇ ਪੂਰੇ ਡੇਢ ਪਿਆਰ ਕਰ ਪੂਰੇ ਡੇਢ ਦਾ ਫਾਈਨਲ ਹੈ ਤੇ ਐ ਲਾ ਇਹ ਵੀ ਖੀਰਾ ਦੋ ਦੰਦੇ ਇਹ ਫਾਈਨਲ ਕਿੱਥੇ ਹੋ ਜਾਏਗਾ 1.10 ਫਾਈਨਲ ਹੈ ਨੰਬਰ ਚਲਾ ਹਾਂ ਚ 0 3 7 ਜੀ 49 ਜੀ 98 ਜੀ ਜੀ 226 ਠੀਕ ਹੋ ਗਿਆ ਅਗਰ ਕੋਈ ਭਰਾ ਜ਼ਿੰਦਾ ਲੈਣਾ ਚਾਹੇ ਫਿਰ ਕੁਰਬਾਨੀ ਦਾ ਮਾਲ 450 ਨਾ 420 ਰੁਪਏ ਕਿੱਥੋਂ ਕਿੰਨਾ ਮਰਜ਼ੀ ਲੈ ਲਓ ਨਹੀਂ ਨਹੀਂ ਬੱਚੇ ਵੀ ਕੁਆਲਿਟੀ ਵਾਲੇ ਨੇ ਨਹੀਂ ਮਾਲ ਵੇਖ ਮਾਲ ਸੋਹਣਾ ਹੈ ਲੇਕਿਨ ਰੇਟ ਸੋਹਣਾ ਕਰ ਨਾ ਹੈ ਕੁਆਲਿਟੀ ਵਾਲਾ ਤੋ ਬਿਆਰ 420 ਹੈ ਜੀ ਹੈ ਅਕਬਰ ਲੈ 420 ਅਗਰ ਕੋਈ ਭਰਾ ਜ਼ਿੰਦਾ ਮਾਲ ਲੈਣਾ ਚਾਹੇ ਕੰਡੇ ਸਾਹਿਬ 420 ਰੁਪਏ ਕਿਲੋ ਠੀਕ ਹੈ ਅਤੇ ਮੁੱਟੇ ਨਾਲ 160 170 140 135 120 ਮੁਤਲਿਫ ਮਾਲ ਅਤੇ ਮੁਤਲਿਫ ਰੇਟ ਨੇ ਚੱਲਣੇ ਅੱਗੇ ਵੀ ਨੰਬਰ ਬਾਈ ਅਕਬਰ ਚੱਲ ਗਏ ਅੱਗੇ ਚੱਲਣੇ ਤੁਹਾਨੂੰ ਮਾਲ ਚੈੱਕ ਕਰਵਾਉਣੇ ਇਹ ਲਾਡ ਚੈੱਕ ਕਰ ਲਓ ਮਾਸ਼ਾਅੱਲਾ ਐਸਾ ਸਾ ਕੇ ਚੱਲਣੇ ਤੁਹਾਨੂੰ ਮੁਕੰਮਲ ਸਸਲੀਆਂ ਸ਼ੌਂਕ ਪੂਰੇ ਕਰਾਉਣੇ ਆ ਅਤੇ ਚੱਲਣੇ ਜੀ ਅੱਗੇ ਵੀ ਮਾਸ਼ਾਅੱਲਾ ਲਾਡ ਰੇਟ ਚੈੱਕ ਕਰਵਾਉਣਾ ਇੱਧਰ ਚੈੱਕ ਰਿਹਾ ਇਹ ਵੀ ਲਾਡ ਹੈ ਜੀ ਅਤੇ ਲਾਡ ਰੇਟ ਚੈੱਕ ਕਰਵਾਉਣੇ ਗਏ ਲਾਡ ਰੁਕੇ ਮੰਗ ਰਹੇ ਹਨ ਅਤੇ ਕਈ ਨਹੀਂ ਇਹ ਚੈੱਕ ਕਰੇ ਜੀ ਕਲਰ ਨਵਾਬ ਛੜੇ ਮਾਸ਼ਾਅੱਲਾ ਚੈੱਕ ਕਰੇ ਜੀ ਠੀਕ ਹੈ ਇੱਧਰ ਚੈੱਕ ਕਰੇ ਸ਼ੌਂਕ ਪੂਰੇ ਕਰੋ ਜੀ ਰੇਟ ਚੈੱਕ ਕਰਵਾਉਣੇ ਤੁਹਾਨੂੰ ਮੁਕੰਮਲ ਸ਼ੌਂਕ ਕਰਵਾਵਾਂਗੇ ਅਮਰ ਭਾਈ ਆਇਓ ਆਜੇ ਥੋੜ੍ਹਾ ਜਿਹਾ ਅੱਗੇ ਆਓ ਦੋਸਤੋ ਚੈੱਕ ਕਰੇ ਮਾਸ਼ਾਅੱਲਾ ਮਾਲ ਪਹਿਲਾਂ ਚੈੱਕ ਕਰ ਲਓ ਰੇਟ ਵੀ ਚੈੱਕ ਕਰਵਾਉਣੇ ਆ
ਠੀਕ ਕਲਰ ਚੈੱਕ ਕਰੇ ਜੀ ਠੀਕ ਬੈਕ ਸਾਈਡ ਕਲਰ ਅਸਲਾਮ ਅਲੈਕਮ ਮੇਰੇ ਭਰਾ ਦਾ ਕੀ ਨਾਂ ਹੈ ਅਤੇ ਇਲਾਕਾ ਕਿਹੜਾ ਕਿੱਥੇ ਖਲੇ ਆਪਾਂ ਮੰਡੀ ਗਿਰ 'ਚ ਖਲੇ ਹਾਂ ਅੱਛਾ ਮੇਰੇ ਭਰਾ ਕੋਲ ਅੱਜ ਕਿੰਨੇ ਬੱਚੇ ਲਾੜੇ 15 ਕਿੰਨੇ ਵਜ਼ਨ ਅਤੇ ਮੂੰਹ ਕੀ ਨੇ ਚਾਰ ਮਨ ਦੀ ਅਤੇ ਮੂੰਹ ਕੀ ਨੇ ਦੋ ਦੰਦ ਪੱਕੀ ਗੱਲ ਹੈ ਵੇਖ ਲਿਆ ਦੇ ਮੇਰੇ ਭਰਾਵਾਂ ਵਾਸਤੇ ਮੇਰੇ ਵੀਰਾਂ ਵਾਸਤੇ ਲਾੜ ਸਭ ਕਿੱਥੇ ਫਾਈਨਲ ਹੋ ਜਾਏਗੀ ਇੱਕੋ ਗੱਲ ਕਰਨੀ ਹੈ ਫਾਈਨਲ ਕਿੱਥੇ ਦੇਣੇ ਨੇ ਦੱਸੋ ਹਾਂਜੀ ਇਹ ਪੂਰੇ ਇੱਕ ਪੰਜੀ ਨੂੰ ਵੇਖ ਲੈ ਹੋਰ ਪਿਆਰ ਮੈਂ ਨਾ ਫੁੱਲ ਪਿਆਰ ਕਰਕੇ ਚਾਰ ਮਨੇ ਬੱਚੇ ਨੇ ਕੋਈ ਦੇਗਾ ਨਹੀਂ ਇੱਕ ਪੰਜੀ ਫਾਈਨਲ ਹੈ ਠੀਕ ਹੋ ਗਿਆ ਅਤੇ ਜੀ ਇਹ ਵੀ ਦੱਸਣਾ ਹੈ ਕਿ ਅਗਰ ਕੋਈ ਮੈਂ ਪ੍ਰਾਕ ਇੱਕ ਦੋ ਲੈਣਾ ਚਾਹੀਏ ਬੱਚੇ 'ਚ ਇੱਕ ਦੋ ਦਾ ਫਿਰ ਮੁਤਲਿਫ ਰੇਟ ਹੋ ਜਾਏਗਾ ਕੋਈ ਮਹਿੰਗੇ ਹੋਣਗੇ ਇਹ ਤਿੰਨਾਂ ਦਾ ਕੀ ਮੁਤਲਿਫ ਦੱਸੋ ਹਾਂ ਇੱਕੋ ਹੀ ਹਾਂਜੀ ਇਹਨਾਂ ਤਿੰਨਾਂ ਡੇਢ ਦਾ ਹਿਸਾਬ ਮੰਗਦੇ ਇੱਕ ਪੰਜਾਹ ਦਾ ਫਾ ਇੱਕ ਪੰਜਾਹ ਕੋਈ ਲਾੜ ਇਕੱਠੀ ਲਵੇ ਇੱਕ ਪੰਜੀ ਦਾ ਬਾ ਇੱਕ ਪੰਜੀ ਦਾ ਠੀਕ ਹੋ ਗਿਆ ਅਤੇ ਲੰਬਰ ਚਲਾਕ ਹੈ ਅਗਰ ਕੋਈ ਜ਼ਿੰਦਾ ਲੈਣਾ ਚਾਹੇ ਫਿਰ ਕੋਈ ਕੰਡੇ ਹਿਸਾਬ ਲੈਣਾ ਚਾਹੇ ਹਾਂਜੀ ਉਹ 500 ਚੱਲਦਾ ਯਾਰ ਉਹ 420 ਅਕਬਰ ਨੇ ਚਲਾਇਆ ਅਕਬਰ ਨੇ 420 ਚਲਾਇਆ ਅੱਛਾ ਚਲੋ ਠੀਕ ਹੋ ਗਿਆ ਹੁਣ ਫਾਈਨਲ ਕਰਦੇ ਕੰਡੇ ਦਾ ਰੇਟ ਦੱਸ ਦਿਓ ਅਤੇ ਲੰਬਰ ਵਿੱਚ ਚਲਾ ਦਿਓ ਅੱਛਾ ਦੋਂਦੇ ਦਾ ਰੇਟ ਹੋਰ ਹੋਵੇਗਾ ਅਗਰ ਮੈਂ ਬੜਾ ਪੱਕਾ ਖੀਰਾ ਲੈਣਾ ਚਾਹੇ ਫਿਰ ਖੀਰਾ ਲੈ ਦਿਓ 400 ਵੀ ਦੇ ਦਿਆਂਗੇ 400 ਦੇ ਦਿਓਗੇ ਚਲੋ ਠੀਕ ਹੈ ਲੰਬਰ ਦਿਓ ਹੈ 0308 ਜੀ 4573 ਜੀ ਜੀ 147 ਚਲੋ ਠੀਕ ਹੋ ਗਿਆ ਦੋਸਤੋ ਚੈੱਕ ਕਰੋ ਕੱਲਾ ਕੱਲਾ ਚੈੱਕ ਕਰਵਾ ਨਾ ਭਰਾਵਾਂ ਨੂੰ ਆਹ ਦੋਸਤੋ ਚੈੱਕ ਕਰੇ ਮਾਸ਼ਾ ਅੱਲਾ ਸ਼ੌਂਕ ਪੂਰੇ ਕਰੇ ਨਾਫ ਚੱਲ ਤੁਹਾਡੇ ਸਾਹਮਣੇ ਮਾਸ਼ਾ ਨਾਫ ਚੈੱਕ ਕਰੇ ਜੀ ਹੈ ਚਲ ਚੈੱਕ ਕਰੇ ਜੀ ਇੱਧਰ ਚੈੱਕ ਕਰੇ ਮਾਸ਼ਾ ਅੱਲਾ ਕਲਰ ਵੀ ਸਿਰੋ ਕੋਨੇ ਜੀ ਅਤੇ ਦੇਸੀ ਪਿਓਰ ਦੇਸੀ ਮਾਸ਼ਾ ਅੱਲਾ ਮਾਲ ਇੱਧਰ ਚੈੱਕ ਕਰੇ ਸਸੱਲੀਆਂ ਕਰੇ ਜੀ ਇਹ ਚੈੱਕ ਕਰੇ ਹੈ ਗਦਰਾ ਮਾਸ਼ਾ ਅੱਲਾ ਸੋਹਣਾ ਲਾਟੂ ਮਾਲ ਮਾਸ਼ਾ ਅੱਲਾ ਇੱਧਰ ਚੈੱਕ ਕਰੇ ਜੀ ਸ਼ੌਂਕ ਪੂਰੇ ਕਰੋ ਜੀ ਨਾ ਚੱਕਰੇ ਬਛੜੇ ਹੈ ਲਾਖਾ ਮਾਸ਼ਾ ਅੱਲਾ ਇਹ ਚੱਕਰੇ ਜੀ ਨਾਫ ਚੱਕਰੇ ਕਲਰ ਕੁਲਰ ਚੈੱਕ ਕੀਤੇ ਹੋ ਜੀ ਠੀਕ ਹੈ ਅਤੇ ਅੱਗੇ ਵੀ ਚੱਲਣੇ ਤੁਹਾਨੂੰ ਰੇਟ ਚੈੱਕ ਕਰਵਾਉਣੇ ਇਹ ਚੈੱਕ ਕਰ ਲਓ ਮਾਸ਼ਾ ਅੱਲਾ ਚੱਲਣੇ ਅੱਗੇ ਵੀ ਅਤੇ ਰੇਟ ਚੈੱਕ ਕਰਵਾਉਣੇ ਤੁਹਾਨੂੰ ਅਦਰ ਚੈੱਕ ਕਰੋ ਮਾਸ਼ਾ ਅੱਲਾ ਲਾੜ ਹੈ ਵੀ ਜੀ ਇਹ ਲਾੜ ਰੇਟ ਚੈੱਕ ਕਰਵਾਉਣਾ ਕਿ ਇਹ ਲਾੜ ਰੱਖੇ ਚਾਰ ਚੱਕ ਕੀ ਨਹੀਂ ਚੱਲਣੇ ਅੱਗੇ ਵੀ ਲਾੜ ਰੇਟ ਚੈੱਕ ਕਰਵਾਉਣਾ ਤੁਹਾਨੂੰ ਮਾਸ਼ਾ ਅੱਲਾ ਬਛੜੇ ਚੈੱਕ ਕਰੋ ਜੀ ਪਹਿਲੇ ਸ਼ੌਂਕ ਪੂਰੇ ਕਰੋ ਪਰ ਰੇਟ ਚੈੱਕ ਕਰਵਾਉਣੇ ਇਹਨਾਂ ਰੇਟ ਕੀ ਹੈ ਅਤੇ ਕੀ ਨਹੀਂ ਅੱਛਾ ਕਰੇ ਸ਼ੌਂਕ ਕਰੇ ਜੀ ਪੂਰੇ ਪਹਿਲੇ ਠੀਕ ਅਸਲਾਮ ਅਲੈਕੁਮ ਬਾਈ ਹਾਂਜੀ ਬਾਈ ਕਿੰਨੇ ਬੱਚੇ ਲਾੜੇ ਅੱਜ ਆਪਣੇ ਕੋਲ 12 ਦੀ ਮਾਸ਼ਾ ਅੱਲਾ ਜੀ ਕਲਰ ਚੈੱਕ ਕਰੇ ਜੀ ਟਰਾਈ ਚੈੱਕ ਕਰੇ ਮਾਸ਼ਾ ਅੱਲਾ ਬੰਨ ਚੈੱਕ ਕਰੇ ਜੀ ਸੋਹਣਾ ਬਛੜਾ ਮਾਸ਼ਾ ਅੱਲਾ ਅੱਛਾ 12 ਬੱਚੇ ਲਾੜੇ ਜੀ ਇਹ ਜੋੜੀ ਦਾ ਕੀ ਮੁੱਲ ਕਰ ਰਹੇ ਹੋ 270 ਇੱਕ 35 ਦੇ ਬਾ ਮੋਹ ਕੀ ਨੇ ਬਾਈ ਦੋ ਦੰਦ ਨੇ ਕਿੰਨੇ ਕਿੰਨੇ ਵਧਣੇ ਜਗ੍ਹੇ ਨੇ ਲਾੜ ਸਾਹਿਬ ਨਾਲ ਕੀ ਮੰਗ ਰਹੇ ਹੋ ਇੱਕ 30 ਨੂੰ ਕੋਈ ਫਾਈਨਲ 28 ਵਜ਼ਨ ਕਿੰਨਾ ਕਿੰਨੇ ਹੈਗਾ ਪੰਜ ਸਾਢੇ ਚਾਰ ਮਨ ਅਤੇ ਦੀਆ ਮੂੰਹ ਸਾਰੇ ਦੋਂਦੇ ਨੇ ਕਿਆ ਬਾਈ ਮੂੰਹ ਸਾਰੇ ਦੋਂਦੇ ਨੇ ਪੱਕੀ ਗੱਲ ਹੈ ਚਲੋ ਠੀਕ ਹੋ ਗਿਆ ਤੁਸੀਂ ਚੈੱਕ ਕਰੇ ਮਾਸ਼ਾ ਅੱਲਾ ਇੱਕ 28 ਦੇ ਪਾਜ ਨਾ ਮਾਲ ਚੈੱਕ ਕਰੇ ਸਲੀਆਂ ਕਰੇ ਸ਼ੌਂਕ ਭਰੇ ਜੀ ਪੂਰੇ ਮਾਸ਼ਾ ਅੱਲਾ ਕੱਲਾ ਚੈੱਕ ਕਰੇ ਠੀਕ ਹੈ ਇੱਕ 28 ਦੇ ਪਾ ਫਾਈਨਲ ਮੁਕੰਮਲ ਫਾਈਨਲ ਇੱਕ 28 ਦੇ ਪਾ ਸ਼ੌਂਕ ਕਰੇ ਜੀ ਪੂਰੇ ਪਹਿਲੇ ਠੀਕ ਹੈ ਅਦਰ ਕਲਰ ਚੈੱਕ ਕਰ ਲਿਆ ਮਾਸ਼ਾ ਅੱਲਾ ਇੱਕ 28 ਦੇ ਪਾ ਲਾੜ ਹਿਸਾਬ ਨਾਲ ਸਰ ਕੱਲਾ ਕੱਲਾ ਲੈਣ ਦੇ ਮੁਤਲਿਫ ਰੇਟ ਹੋਣਦੇ ਚੈੱਕ ਕਰ ਲਓ ਜੀ ਸਿਰੋ ਕੋਨੇ ਮਾਸ਼ਾ ਅੱਲਾ ਠੀਕ ਹੈ ਚੱਲਣਾ ਬਾਈ ਕੋਲ ਇਹਨਾਂ ਰੇਟ ਚੈੱਕ ਕਰਵਾਉਣੇ ਨਾ ਕੀ ਰੇਟ ਕਰ ਅਸਲਾਮ ਅਲੈਕੁਮ ਮੇਰੇ ਵੀਰ ਦਾ ਕੀ ਨਾਂ ਹੈ ਬਾਈ ਸੈਫੁੱਲਾ ਬਚਨ ਤੋਂ ਟਰਾ ਹਾਂ ਚੈੱਕ ਕਰਵਾਈਏ ਭਰਾਵਾਂ ਨੂੰ ਇਹ ਚੈੱਕ ਕਰੇ ਜੀ ਮਾਸ਼ਾ ਅੱਲਾ ਨਵਾਬ ਜੀ ਨਵਾਬ ਸੋਹਣਾ ਹਾਂਜੀ ਅੱਛਾ ਬਾਈ ਜਾਨ ਕੀ ਮੁੱਲ ਕਰ ਰਹੇ ਹੋ ਇਹਦਾ 170 ਨਾ ਯਾਰ ਮੁੱਲ ਡਰਾ ਦਿੱਤਾ ਮੈਨੂੰ ਵੀ ਨਾਲ ਚੀਜ਼ ਵੇਖੀ ਖਾਣੇ ਕੋ ਪਿਆਰ ਕਰੋ ਨਾ ਹੁਸਨ ਦਾ ਮੁੱਲ ਹੈ ਹੁਸਨ ਦਾ ਲੇਕਿਨ ਪਿਆਰ ਕਰੋ ਯਾਰ ਇਹ ਤੇ ਹੁਣ ਹੁਸਨ ਕੀ ਹੈ ਪਿਆਰ ਹੀ ਹੋਣਾ ਚਾਹੀਦਾ ਗੱਲਬਾਤ ਕਰੇ ਦਾ ਪਿਆਰ ਕਿੰਨਾ ਵਜ਼ਨ ਮੋਹ ਕੀ ਹੈ ਮੋਹ ਚੌਗਾ ਚੌਗਾ ਅੱਛਾ ਹੁਣ ਫਾਈਨਲ ਦੱਸਣਾ ਹੈ ਕਿੱਥੇ ਹੋ ਜਾਏਗਾ ਪੂਰੇ ਡੇਢ ਦਾ ਫਾਈਨਲ ਹੈ ਕੋਈ ਹੋਰ ਪਿਆਰ ਬਰਫ ਹੈ ਦੱਸੋ ਕਿੱਥੇ ਫਾਈਨਲ ਹੋਏਗਾ ਡੇਢ ਦਾ ਫਾਈਨਲ ਹੈ ਚਲੋ ਠੀਕ ਹੋ ਗਿਆ ਲੰਬਰ ਚਲਾ ਹੈ ਜੀ 52 ਠੀਕ ਹੋ ਗਿਆ ਪਿਕਚਰ ਲਵਾ ਦਿੰਦੀ ਬਸ ਲੈ ਦੱਸੋ ਚੈੱਕ ਕਰੇ ਮਾਸ਼ਾ ਅੱਲਾ ਨਵਾਬ ਬਛੜਾ ਮਾਸ਼ਾ ਅੱਲਾ ਚੈੱਕ ਕਰੇ ਜੀ ਠੀਕ ਹੈ ਇਹ ਸੋਹਣਾ ਅਤੇ ਮੂੰਹ ਚੌਗਾ ਜੀ ਠੀਕ ਹੋ ਗਿਆ ਜੀ ਨਾ ਅਤੇ ਅੱਗੇ ਚੱਲਣੇ ਆ ਰੇਟ ਚੈੱਕ ਕਰਵਾਉਣੇ ਤੁਹਾਨੂੰ ਮਾਸ਼ਾ ਅੱਲਾ ਚੈੱਕ ਕਰ ਲਓ ਕਿੱਧਰ ਖਲੇ ਨੇ ਅਧਰਾਹ ਫਿਰ ਅਤੇ 200 ਅੱਗੇ ਚੱਲਣੇ ਹਾਲ ਲਾੜ ਰੇਟ ਚੈੱਕ ਕਰਵਾਉਣਾ ਤੁਹਾਨੂੰ ਅਤੇ ਇਸ ਵੀਡੀਓ ਦੇ ਅੰਦਰ ਲਾੜ ਰੇਟ ਚੈੱਕ ਕਰਵਾ ਰਿਹਾ ਤੁਹਾਨੂੰ ਠੀਕ ਹੈ ਆਹ ਲਾੜ ਜੀ ਮਾਸ਼ਾ ਅੱਲਾ ਕਲਰ ਚੈੱਕ ਕਰ ਲੈ
ठीक है, अच्छा कर दी लाड़े और सामने रेट चेक करवाने हैं माशाल्लाह। वो तो चार छः सात बच्चे हैं लाड़े जी, पिछले भाई को तीन रेट चेक देखने तीन है, कितने बच्चे हैं बाबा जी? बुजुर्गो बुजुर्गो मंग ही रहे दस, बस एक पंजी दोंदे चार तो साढ़े चार मन वजन है जी माशाल्लाह, चेक कर मोह दो दान चेक कर लो जी। तो अगर तुम्हें ना वीडियो अच्छी लगती प्लीज़ वीडियो जरूर लाइक सब्सक्राइब शेयर करना, तब तक अपने मेजबान बिलाल इंशाल्लाह फिर से अल्लाह हाफिज़।